खबर हबोर तो आ रही है। हबोर के नेड़े हबोर गंगानगर रोड के पिंड गिदड़ाली विखे एक हादसा वापरिया हैगा, भयानक हादसा जिहदे विच एक नौजवान की मौत हो चुकी है। साडे सहयोगी सोनू सियाग जी हबोर तो साडे नाल ने, जानकारी लैने। सोनू जी की है एक्सीडेंट, किस तरह होया ते की नुकसान होया जी इस, ते कदों की घटना है जी ये? ਇਹ ਸਰ ਸਵੇਰੇ 4 ਵਜੇ ਦੇ ਕਰੀਬ ਜਿਹੜਾ ਹਾਦਸਾ ਦੱਸਿਆ ਜਾ ਰਿਹਾ ਜੀ, ਇਸ ਹਾਦਸੇ ਦੇ ਵਿੱਚ ਇੱਕ ਘੋੜਾ ਟਰਾਲਾ ਟਰੱਕ ਤੇ ਕਾਰ ਦੀ ਜਿਹੜੀ ਹੈਗੀ ਟੱਕਰ ਹੋਈ ਹੈ ਜੀ, ਤੇ ਇਹ ਟੱਕਰ ਇੰਨੀ ਭੈਂਕਰ ਸੀਗੀ ਤੇ ਇੱਕ ਬੰਦੇ ਦੀ ਇਹਦੇ ਵਿੱਚ ਮੌਤ ਹੋ ਚੁੱਕੀ ਸੀ, ਜਿਹੜਾ ਪੰਚਕੋਸੀ ਦਾ ਨਿਵਾਸੀ ਸੀਗਾ ਜੀ ਜੀ, ਕਰਨ ਜਾਖੜ ਜੀ ਜੀ, ਤੇ ਦੂਜਾ ਇੱਕ ਗੱਦਾ ਡੋਬ ਦਾ ਨਿਵਾਸੀ ਹੈ ਜੀ ਰਜਤ, ਉਹ ਵੀ ਇਹਦੇ ਨਾਲ ਸਾਡੇ ਸਮਾਰੋਹ ਦੇ ਵਿੱਚ ਸ਼ਾਮਿਲ ਸੀਗਾ ਤੇ ਵਾਪਸ ਆਪਣੇ ਪੰਚਕੋਸੀ ਸਾਈਡ ਆ ਰਹੇ ਸੀਗੇ ਮੋਦਗੜ ਤੋਂ। ਠੀਕ ਹੈ, ਤੇ ਇਹ ਜਦੋਂ ਗਿਦੜਾਲ ਦੇ ਕੋਲ ਪਹੁੰਚੇ ਤਾਂ ਉਹਨਾਂ ਦਾ ਜਿਹੜਾ ਇਹ ਹਾਦਸਾ ਵਾਪਰਿਆ ਜੀ, ਜਿਹਦੇ ਵਿੱਚੋਂ ਰਜਤ ਦੇ ਥੋੜੀ ਸੱਟਾਂ ਲੱਗੀਆਂ ਨੇ ਪਰ ਲੇਕਿਨ ਕਰਨ ਦੀ ਮੌਕੇ ਤੇ ਮੌਤ ਹੋ ਗਈ ਚੁੱਕੀ ਸੀਗੀ ਵੈਸੇ ਜੀ ਜੀ ਜੀ। ਤੇ ਇੱਕ ਘੋੜਾ ਟਰਾਲਾ ਚਾਲਕ ਸੀਗਾ ਜਸਪਾਲ ਸਿੰਘ, ਜਿਹੜਾ ਕੰਧਵਾਲਾ ਦਾ ਹੋਰ ਦਾ ਨਿਵਾਸੀ ਸੀਗਾ, ਉਹ ਇਹਦੇ ਵਿੱਚ ਗਾਇਲ ਹੋਇਆ ਜੀ 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 ਜੀ। ਹਾਂਜੀ, कारण की होया क्यों वापरिया हादसा, कोई धुंध सी जां कोई वैसे देखा जाता जी, दसा जा रहा है की ट्रक की जी लापरवाही वरती जा रही है, इस तो बड़ा जो सर्दियों का मौसम है जी, हो सकता है कोई माड़ी मोटी धुंध धुंध आई हो जिहदे कारण कोई पता ना लगे हो। ठीक 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 है जी। चलो, ये सन साडे सहयोगी सोनू सियाग जी जिन्होंने जानकारी दी है कि नौजवान की हादसे दे विच मौत हो चुकी है, हादसे के कारणों की हजे पता नहीं लग सकिया, तो पुलिस पूरे मामले की जिहड़ी जांच कर रही है। धन्यवाद जी सोनू सर जी। ये हादसा पता नहीं खुइयां होया जी, मैंने तो फोन आया सवेरे ढाबे वाले का, कहिंदे वी इस तरह करके एक्सीडेंट हो गया ਤੇ ਤੁਸੀਂ ਜਲਦੀ ਪਹੁੰਚੋ। ਮੈਂ ਉਹਨੂੰ ਕਹਿਤਾ ਜਿਹਨੇ ਫੋਨ ਕੀਤਾ ਕਿ ਮੁੰਡੇ ਨੂੰ ਜਲਦੀ ਤੁਸੀਂ ਹਸਪਤਾਲ ਕਿਸੇ ਵੀ ਲੈ ਜਾਓ ਤੇ ਅਸੀਂ ਪਹੁੰਚ ਜਾਂਦੇ ਉੱਥੇ, ਉਹ ਤੋਂ ਬੋਰਾ ਹਸਪਤਾਲ 'ਚ ਲਏ ਸਰਕਾਰੀ ਜੀ, ਅਤੇ ਇੱਥੇ ਮੈਂ ਪਹੁੰਚ ਗਿਆ ਜੀ। ਹਾਂਜੀ, ਇਸ ਤੋਂ ਬਾਅਦ ਇਹ ਗਾਇਲ ਨੇ ਕੌਣ ਨੇ ਕਿੱਥੇ ਲਿਆ? ਇਹ ਭਰਾ ਨੇ ਮੇਰੇ ਜੀ, ਕਾਬਲ ਸਿੰਘ ਦੇ ਲੜਕੇ ਜਸਪਾਲ ਸਿੰਘ ਹੈ ਜੀ। ਹਾਂਜੀ, ਇਹ ਕਿੱਥੋਂ ਆ ਰਹੇ ਸੀਗੇ? ਇਹ ਗੁਜਰਾਤ ਤੋਂ ਆ ਰਹੇ ਸੀ, ਲੁੱਕ ਭਰੇ ਸੀ ਨਾ, ਇਹਨਾਂ ਜਾਣਾ ਬਠਿੰਡਾ ਸੀ ਖਾਲੀ ਗੱਲ। ਅੱਜ ਸਵੇਰੇ ਕਰੀਬ 4 ਵਜੇ ਗਿੱਦੜਾਂ ਵਾਲੀ ਟਿੱਬੇ ਦੇ ਉੱਪਰ ਐਕਸੀਡੈਂਟ ਹੋਇਆ ਸੀਗਾ, ਕਰੇਟਾ ਕਾਰ ਦੇ ਦੋ ਟਰੱਕਾਂ ਦਾ, ਅਤੇ ਜਿਸ 'ਤੇ ਇੱਕ ਕਰੇਟਾ ਦੇ ਡਰਾਈਵਰ ਦੇ ਨਾਲ ਬੈਠਾ ਮੁੰਡੇ ਦੀ ਮੌਤ ਹੋ ਗਈ ਸੀਗੀ, ਦੂਜਾ ਜ਼ੇਰੇ ਇਲਾਜ ਹੈ। ਇੱਕ ਟਰੱਕ ਡਰਾਈਵਰ ਮੌਕੇ ਤੋਂ, ਜਿਹਦੀ ਗਲਤੀ ਸੀ, ਮੌਕੇ ਤੋਂ ਭੱਜ ਗਿਆ ਹੈ, ਦੂਜਾ ਜ਼ੇਰੇ ਡਰਾਈਵਰ ਅਤੇ ਕਨੈਕਟਰ ਜ਼ੇਰੇ ਇਲਾਜ ਹਨ। ਮ੍ਰਿਤਕ ਕਿੱਥੋਂ ਦੇ ਜੀ? ਮ੍ਰਿਤਕ ਪੰਚਕੋਸੀ ਦਾ ਜੀ। ਅਤੇ ਕਿੱਥੋਂ ਆ ਰਹੇ ਸੀਗੇ? ਇਹ ਮੋਜਗੜ੍ਹ ਤੋਂ ਆਪਣੇ ਪਿੰਡ ਨੂੰ ਪੰਚਕੋਸੀ ਨੂੰ ਆ ਰਹੇ ਸੀ। ਜਸਪਾਲ ਸਿੰਘ ਹੈ ਜੀ, ਸਨ ਆਫ ਨਾਇਬ ਸਿੰਘ, ਇੱਕ ਸੁਭਾਸ਼ ਸਨ ਉਹ ਬਿਮਾਰੀ ਦਾ ਹੈ। ਕਾਰਵਾਈ ਕੀਤੀ ਹੈ? ਪਰਚਾ ਦਰਜ ਕਰਤਾ ਜੀ, ਅਜੇ ਜੇਰੇ ਸੁੱਤੀ ਜੀ।